गुड मॉर्निंग स्टूडेंट्स, असी करदे सी चंडी दी बात जिहड़ी कि साढ़े गुरु गोबिंद सिंह जी ने लिखी हुई है, जिहदे विच दुर्गा देवी ते राक्षसां दे युद्ध दा वर्णन किया। ठीक है, अद्धियां कविता दे विच असी कविता पढ़ ली सी चंडी दी बात दी, जिहड़ी नैक्सट रहिंदी है उह असी अज कंप्लीट करदे हां। चोटां पवन नगारी अणियां जुटियां, धूलियां तलवारी देवा दानवी, वाहन वारो वारी सूरे संगणे, वगे रत चलारी ज्यों गेरू बावरता, वेखण बैठ अटारी नारी राक्षसा, पाई धूम सवारी दुर्गा दानवी। हुण जदों आपां पहिलां चंडी दी वार पढ़ी सी तां उहदे विच आपां गल कीती सी वी दुर्गा देवी ने जिहड़ी महिखासुर ने तलवार मार के उहदा अंत कर दित्ता ते उहनूं धूम केतू दा तारा दिखा दित्ता। ਹੁਣ ਦੁਰਗਾ ਦੇਵੀ ਜਿਹੜੇ ਬਾਕੀ ਰਾਕਸ਼ਸ ਨੇ ਉਹਨਾਂ ਦਾ ਕਿਵੇਂ ਮੁਕਾਬਲਾ ਕਰਦੀ ਆ? ਜਦੋਂ ਕਹਿੰਦੇ ਨਗਾਰਿਆਂ ਤੇ ਚੋਟਾਂ ਵੱਜਣ ਲੱਗੀਆਂ ਤਾਂ ਉਸ ਸਮੇਂ ਦੁਰਗਾ ਦੇਵੀ ਨੇ ਤਲਵਾਰਾਂ ਧੂ ਲਈਆਂ, ਤਲਵਾਰਾਂ ਕੱਢ ਲਈਆਂ, ਵਾਹਣ ਵਾਰੋ ਵਾਰੀ ਸੂਰੇ ਸੰਗਰੇ ਤੇ ਉਹ ਰਾਕਸ਼ਸਾਂ ਦੇ ਉੱਪਰ ਵਾਰੋ ਵਾਰੀ ਵਾਰ ਕਰ ਰਹੇ ਸੀ। ਵੱਗੇ ਰੱਤ ਚਲਾਰੀ ਜੋ ਗੇਰੂ ਬਾਬਰਤਾ, ਗੇਰੂ ਬਾਬਰਤਾ ਮਤਲਬ ਲਹੂ ਦੀ ਗੱਲ ਕੀਤੀ ਆ ਵੀ ਜਿਹੜਾ ਰਾਕਸ਼ਸਾਂ ਦੇ ਸਰੀਰਾਂ ਵਿੱਚੋਂ ਨਿਕਲਦਾ ਲਹੂ ਸੀ ਉਹ ਗੇਰੂ ਰੰਗ ਵਰਗਾ ਹੋ ਗਿਆ ਸੀ। ਠੀਕ ਹੈ, ਤੇ ਨਤੀਜੇ ਵਜੋਂ ਜਿਹੜੇ ਉਹਨਾਂ ਦੇ ਸੋਨਿਆਂ ਦੇ ਕੱਪੜੇ ਸੀ ਉਹ ਸਾਰੇ ਭਿੱਜ ਚੁੱਕੇ ਸੀ। ਜਿਹੜੀਆਂ ਰਾਕਸ਼ਸਾਂ ਦੀਆਂ ਪਤਨੀਆਂ ਸੀ ਉਹ ਮਹਿਲਾਂ ਤੇ ਬੈਠ ਕੇ ਇਹ ਸਭ ਕੁਝ ਦੇਖ ਰਹੀਆਂ ਸੀ। ਠੀਕ ਹੈ, ਤੇ ਜੰਗ ਦੇ ਮੈਦਾਨ ਦੇ ਵਿੱਚ ਦੁਰਗਾ ਦੇਵੀ ਨੇ ਸ਼ੇਰ ਦੀ ਸਵਾਰੀ ਕਰਕੇ ਦੁਰਗਾ ਦੇਵੀ ਰਾਕਸ਼ਸਾਂ ਦਾ ਅੰਤ ਕਰ ਰਹੀ ਸੀ। ਲੱਖ ਨਗਾਰੇ ਵੱਜਣ ਆਮੋ ਸਾਹਮਣੇ, ਕਹਿੰਦੇ ਜੰਗ ਦੇ ਮੈਦਾਨ ਦੇ ਵਿੱਚ ਲੱਖਾਂ ਨਗਾਰੇ ਆਮੋ ਸਾਹਮਣੇ ਵੱਜਣ ਲੱਗੇ, ਰਾਕਸ਼ ਰੌਣਾ ਭੱਜਣ ਰੋਹੇ ਰੋਲੇ ਮਤਲਬ ਗੁੱਸੇ ਦੇ ਨਾਲ ਭਰੇ ਹੋਏ ਜਿਹੜੇ ਰਾਕਸ਼ਸ ਸੀ ਉਹ ਜੰਗ ਦਾ ਮੈਦਾਨ ਛੱਡ ਕੇ ਭੱਜਣ ਲਈ ਤਿਆਰ ਨਹੀਂ ਸੀ। ਸਿੰਹਾਂ ਵਾਂਗੂ ਵੱਜਣ ਸਭੇ ਸ਼ੂਰਮੇ, ਜਿਹੜੇ ਸਾਰੇ ਸੂਰਮੇ ਸੀ ਉਹ ਸਿੰਹਾਂ ਵਾਂਗੂ ਸ਼ੇਰਾਂ ਵਾਂਗੂ ਜੰਗ ਦੇ ਮੈਦਾਨ ਦੇ ਵਿੱਚ ਗੱਜਦੇ ਸੀ। ਤਨ ਤਨ ਕੈਬਲ ਛੱਡਣ, ਤਨ ਤਨ ਮਤਲਬ ਪੂਰੇ ਜ਼ੋਰ ਦੇ ਨਾਲ, ਕੈਬਲ ਮਤਲਬ ਤੀਰ ਛੱਡਦੇ ਸੀ ਜਿਹੜੇ ਰਾਕਸ਼ਸ ਸੀ ਉਹ ਜ਼ੋਰ ਜ਼ੋਰ ਦੇ ਨਾਲ ਤੀਰ ਚਲਾਉਂਦੇ ਸੀ। ਕੁਰੇ ਨਗਾਰੇ ਦੋਣੇ ਰਣ ਸੰਗਲੇ ਵਾਲੇ, ਕਹਿੰਦੇ ਇਸ ਤੋਂ ਬਾਅਦ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਦੋਹਾਂ ਧਿਰਾਂ ਦਾ ਮੁਕਾਬਲਾ ਸ਼ੁਰੂ ਹੋਇਆ ਤਾਂ ਉਸ ਸੰਗਲਾਂ ਦੇ ਨਾਲ ਵੱਧੇ ਹੋਏ ਜਿਹੜੇ ਨਗਾਰੇ ਸੀ ਉਹ ਵੱਜਣ ਲੱਗੇ। ਧੂੜ ਲਪੇਟੇ ਧੂਰੇ ਸਰਦਾਰ ਜਟਾਵੇ, ਕਹਿੰਦੇ ਜਟਾਂ ਵਾਲੇ ਜਿਹੜੇ ਸਰਦਾਰ ਸੀ ਉਹ ਵੀ ਜੰਗ ਦੇ ਮੈਦਾਨ ਦੇ ਵਿੱਚ ਆ ਗਏ। ਉਖਲੀਆਂ ਨਾਸਾਂ ਜਿੰਨਾ ਮੂੰਹ ਜਾਪਣ ਵਾਲੇ, ਉਹਨਾਂ ਦੀ ਜਿਹੜੀ ਮੂੰਹ ਦੀ ਦੱਸੀ ਗਈ ਆ ਹਾਲਤ, ਕਹਿੰਦੇ ਉਹਨਾਂ ਦੀਆਂ ਨਾਸਾਂ ਸੀ ਜਿਹੜੀਆਂ ਉਖਲੀਆਂ ਫਲਦੀਆਂ ਸੀ ਤੇ ਮੂੰਹ ਆਲਿਆਂ ਵਰਗੇ ਖੁੱਲੇ ਸੀ। ਧਾਏ ਦੇਵੀ ਸਾਹਮਣੇ ਵੀਰ ਮੁੱਛੀ ਵਾਲੇ, ਕਹਿੰਦੇ ਮੁੱਛਾਂ ਵਾਲੇ ਯੋਧੇ ਸੀ ਦੁਰਗਾ ਦੇਵੀ ਦੇ ਉੱਪਰ ਜ਼ੋਰਦਾਰ ਹਮਲਾ ਕਰ ਰਹੇ ਸੀ। ਸੁਰਪਤ ਜਹੀ ਲੜ ਹਟੇ ਵੀਰ ਢਲੇ ਨਾ ਟਲੇ, ਹੁਣ ਕਹਿੰਦੇ ਇੰਦਰ ਵਰਗੇ ਜਿਹੜੇ ਦੇਵਤੇ ਸੀ ਉਹ ਵੀ ਲੜ ਲੜ ਕੇ ਥੱਕ ਚੁੱਕੇ ਸੀ ਪਰ ਰਾਕਸ਼ਸ ਪਿੱਛੇ ਨਹੀਂ ਸੀ ਹਟਦੇ। ਗੱਜੇ ਦੁਰਗਾ ਘੇਰ ਕੇ ਜਾਂ ਘੜੀਆਂ ਕਾਲੇ, ਕਹਿੰਦੇ ਉਹਨਾਂ ਨੇ ਦੁਰਗਾ ਦੇਵੀ ਨੂੰ ਏਦਾਂ ਘੇਰ ਲਿਆ, ਏਦਾਂ ਗੱਜਣ ਲੱਗੇ ਜਿੱਦਾਂ ਅਸਮਾਨ ਦੇ ਵਿੱਚ ਪੂਰੇ ਕਾਲੇ ਸ਼ਾਹ ਬੱਦਲ ਗੱਜ ਰਹੇ। ਚੋਟ ਪਈ ਖਰਚਾਮੀ ਤਰ੍ਹਾਂ ਮੁਕਾਬਲਾ, ਕਹਿੰਦੇ ਮੈਦਾਨ ਦੇ ਜੰਗ ਦੇ ਮੈਦਾਨ ਦੇ ਵਿੱਚ ਖੋਤੇ ਦੇ ਚੰਨ ਤੇ ਜਦੋਂ ਨਗਾਰਾ ਵੱਜਣ ਲੱਗਾ ਘੇਰ ਲਈ ਵਰਿਆਮੀ ਦੁਰਗਾ ਆਈ ਕੇ, ਕਹਿੰਦੇ ਉਸ ਸਮੇਂ ਬਹਾਦਰ ਰਾਕਸ਼ਾਂ ਨੇ ਦੁਰਗਾ ਦੇਵੀ ਨੂੰ ਘੇਰ ਲਿਆ। ਰਾਕਸ਼ ਬੜੇ ਅਲਾਮੀ ਭਾਜਣਾ ਜਾਣਦੇ, ਅਲਾਮੀ ਮਤਲਬ ਕਹਿੰਦੇ ਵੱਡੇ ਕਾਰਨਾਮੇ ਵਾਲੇ ਸੀ ਜਿਹੜੇ ਕਿ ਜੰਗ ਦਾ ਮੈਦਾਨ ਛੱਡ ਕੇ ਭੱਜਣ ਲਈ ਤਿਆਰ ਨਹੀਂ ਸੀ। ਅੰਤ ਹੋਏ ਸੁਰਗਾਮੀ ਮਾਰੇ ਦੇਵਤੇ, ਕਹਿੰਦੇ ਦੁਰਗਾ ਦੇਵੀ ਦਾ ਟਾਕਰਾ ਕਰ ਰਹੇ ਬਹੁਤ ਸਾਰੇ ਜਿਹੜੇ ਰਾਕਸ਼ਸਾਂ ਨੂੰ ਮਾਰ ਦਿੱਤਾ ਤੇ ਉਹ ਕਈ ਜਿਹੜੇ ਰਾਕਸ਼ਸ ਸੀ ਉਹ ਮੌਤ ਦੇ ਘਾਟ ਉਤਾਰ ਦਿੱਤੇ। ਅਣਗਿਣਤ ਘੁਣੇ ਨਗਾਰੇ ਤਲਾ ਭੜਿੰਦਿਆ, ਕਹਿੰਦਾ ਦੋਹਾਂ ਮੈਦਾਨਾਂ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਦੋਹਾਂ ਧਿਰਾਂ ਦੇ ਵਿੱਚ ਯੁੱਧ ਚੱਲ ਰਿਹਾ ਸੀ ਤਾਂ ਬਹੁਤ ਸਾਰੇ ਦੇਵੀ ਦੇਵਤੇ ਵੀ ਮਾਰੇ ਗਏ ਤੇ ਬਹੁਤ ਸਾਰੇ ਰਾਕਸ਼ਸ ਵੀ ਮਾਰੇ ਗਏ। ਪਾਏ ਮਹਿ ਖਲ ਭਾਰੇ ਦੇਵਾ ਦਾਨਵਾ, ਕਹਿੰਦਾ ਉਸ ਸਮੇਂ ਰਾਕਸ਼ਾਂ ਦੇ ਦੇਵਤਿਆਂ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਖਲਬਲੀ ਮੱਚੀ ਹੋਈ ਸੀ। ਵਾਹਣ ਫੱਟ ਕਰਾਰੇ ਰਾਕਸ਼ ਰੋਲੇ, ਰੋਹ ਨਾਲ ਭਰੇ ਜਿਹੜੇ ਰਾਕਸ਼ ਸੀ ਉਹ ਹਥਿਆਰਾਂ ਦੇ ਨਾਲ ਇੱਕ ਦੂਜੇ ਦੇ ਉੱਪਰ ਵਾਰ ਕਰ ਰਹੇ ਸੀ। ਜਾਪਣ ਦੇਗਾ ਆਰੇ ਮਿਆਨ ਧੋਈਆਂ, ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਤਲਵਾਰਾਂ ਸੀ ਜਿਹੜੀਆਂ ਉਹ ਮਿਆਨ ਦੇ ਵਿੱਚੋਂ ਕੱਢ ਕੇ ਹੱਥਾਂ ਦੇ ਵਿੱਚ ਧੋ ਲਈਆਂ ਸੀ ਤੇ ਜੰਗ ਦੇ ਮੈਦਾਨ ਦੇ ਵਿੱਚ ਇੱਕ ਦੂਜੇ ਦਾ ਡਟ ਕੇ ਮੁਕਾਬਲਾ ਕਰਦੇ ਸੀ। ਜੋਧੇ ਵੱਡੇ ਮਨਾਲੀ ਜਾਪਣ ਖੇਤ ਵਿੱਚ, ਕਹਿੰਦੇ ਲੜਾਈ ਦੇ ਮੈਦਾਨ ਦੇ ਵਿੱਚ ਜਿਹੜੇ ਰਾਕਸ਼ਸ ਯੋਧੇ ਸੀ ਉਹ ਮਨਾਲਿਆਂ ਦੇ ਵਾਂਗ ਗੱਜ ਰਹੇ ਸੀ, ਦਿਖਾਈ ਦੇ ਰਹੇ ਸੀ। ਦੇਵੀ ਆਪ ਸਵਾਰੇ ਪੱਬਾਂ ਜਿਵੇਂ, ਕਹਿੰਦਾ ਦੁਰਗਾ ਦੇਵੀ ਨੇ ਪਹਾੜਾਂ ਵਰਗੇ ਰਾਕਸ਼ਸਾਂ ਨੂੰ ਆਪਣੇ ਹੱਥਾਂ ਦੇ ਨਾਲ ਸੋਧਿਆ, ਆਪਣੇ ਹੱਥਾਂ ਦੇ ਨਾਲ ਮਾਰਿਆ।
ਕਦੇ ਨਾ ਆਖਣ ਹਾਰੇ ਧਾਰੂ ਸਾਹਮਣੇ। ਪਰ ਜਿਹੜੇ ਰਾਕਸ਼ਸ ਸੀ ਉਹ ਦੁਰਗਾ ਦੇਵੀ ਦਾ ਮੁਕਾਬਲਾ ਕਰਦੇ ਸੀ, ਕਦੇ ਵੀ ਉਹਨੂੰ ਸਾਹਮਣੇ ਇਹ ਨਹੀਂ ਸੀ ਕਹਿੰਦੇ ਵੀ ਉਹ ਹਾਰ ਚੁੱਕੇ ਆ। ਠੀਕ ਹੈ, ਵੀ ਜਾਂ ਉਹਨਾਂ ਨੇ ਹਾਰ ਮਹਿਸੂਸ ਕਰ ਲਈ ਆ। ਦੁਰਗਾ ਸਭ ਸੰਘਾਰੀ ਰਾਕਸ਼ ਖੜ ਗਏ, ਕਹਿੰਦੇ ਦੁਰਗਾ ਦੇਵੀ ਨੇ ਆਪਣੇ ਹੱਥ ਦੇ ਵਿੱਚ ਤਲਵਾਰ ਫੜ ਕੇ ਉਹਨਾਂ ਸਭਨਾਂ ਸਾਰੇ ਰਾਕਸ਼ਾਂ ਦਾ ਅੰਤ ਕਰ ਦਿੱਤਾ। ਠੀਕ ਹੈ ਜੀ, ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੇ ਦੀ ਵਾਰ ਦੇ ਵਿੱਚ ਦੁਰਗਾ ਦੇਵੀ ਤੇ ਰਾਕਸ਼ਾਂ ਦੇ ਯੁੱਧ ਦਾ ਵਰਣਨ ਕੀਤਾ, ਜਿਹਦੇ ਵਿੱਚ ਦੁਰਗਾ ਦੇਵੀ ਜੇਤੂ ਰਹਿੰਦੀ ਹੈ ਤੇ ਦੁਰਗਾ ਦੇਵੀ ਨੇ ਆਪਣੀ ਤਲਵਾਰ ਦੇ ਨਾਲ ਬਹੁਤ ਸਾਰੇ ਰਾਕਸ਼ਾਂ ਦਾ ਅੰਤ ਕਰ ਦਿੱਤਾ। ਥੈਂਕ ਯੂ।